सत श्री अकाल प्यारे विद्यार्थियों, अज आप जमात सत्तवीं विषय समाजिक विज्ञान की जो थोड़ी एक वर्कबुक है मेरी अभ्यास पुस्तिका, इस वर्कबुक के आप एक एक पाठ करके थोड़े लिए हल करांगे। तुसी इन्हों पाठों के जिन्हें भी प्रश्न है, खाली थावां ने, मिलान ने, सही गलत है, ठीक है, उन्होंने अपनी वर्कबुक के उपर या एक कॉपी के उपर साफ साफ नोट करना गा, तां जो तुसी जुलाई जिहड़ा टेस्ट होएगा ते फाइनल जिहड़ा एग्जाम होएगा उहदी तुसी वधिया ढंग नाल तैयारी कर सको, ठीक है। आपां एक एक करके एक एक पाठ करके इन्हां नूं हल करांगे। तुसी नाल दी नाल अपनी वर्कबुक ते कॉपी दे उपर इन्हां नूं नोट करदे जाणा गा। तां आओ शुरू करदे हां। अज आपां जिहड़ा भूगोल दा साडा पाठ नंबर एक है, ठीक है, उस नूं आपां हल करांगे। उस पाठ तों पहलां वेखो तुसी इहदे विच की लिखणा गा। इत्थे असीं लिखणा तुहाडा नाम, जो भी तुहाडा नाम हैगा, जमात तुसीं लिखणी इत्थे सत्तवीं, ਠੀਕ ਹੈ। ਅਤੇ ਜੋ ਵੀ ਤੁਹਾਡਾ ਸੈਕਸ਼ਨ ਹੈਗਾ ਏ ਬੀ ਸੀ ਉਹ ਲਿਖਣਾ ਗਾ। ਇਸ ਤੋਂ ਬਾਅਦ ਤੁਹਾਡੀ ਮੇਰਾ ਸਕੂਲ, ਤੁਹਾਡੇ ਸਕੂਲ ਦਾ ਨਾਮ ਲਿਖਣਾ ਗਾ। ਫਿਰ ਤੁਹਾਡਾ ਪਿੰਡ ਜਾਂ ਜਿਹੜਾ ਤੁਹਾਡਾ ਸ਼ਹਿਰ ਹੈਗਾ ਉਹਦਾ ਨਾਮ ਲਿਖਣਾ ਗਾ। ਫਿਰ ਜਿਹੜੀ ਤੁਹਾਡੀ ਤਹਿਸੀਲ ਜਾਂ ਜ਼ਿਲ੍ਹੇ ਦਾ ਨਾਮ ਹੈਗਾ ਉਹ ਲਿਖਣਾ। ਫਿਰ ਮੇਰਾ ਰਾਜ, ਠੀਕ ਹੈ, ਪੰਜਾਬ, ਅਤੇ ਦੇਸ਼ ਸਾਡਾ ਭਾਰਤ, ਠੀਕ ਹੈ, ਅਤੇ ਮਹਾਂਦੀਪ ਕਿਹੜਾ ਵੀ ਸਾਡਾ ਏਸ਼ੀਆ, ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਮਹਾਂਦੀਪ, ਠੀਕ ਹੈ, ਇਹ ਨੋਟ ਕਰਨਾ ਗਾ। ਇਸ ਤੋਂ ਬਾਅਦ ਇੱਕ ਇੱਕ ਪਾਠ ਕਰਕੇ ਆਪਾਂ ਇਹਨਾਂ ਨੂੰ ਹੱਲ ਕਰਦੇ ਜਾਣਾ ਗਾ। ਆਓ ਸ਼ੁਰੂ ਕਰਦੇ ਹਾਂ। ਪਹਿਲਾ ਪਾਠ ਹੈ ਆਪਣਾ ਅੱਜ ਦਾ ਵਾਤਾਵਰਣ, ਠੀਕ ਹੈ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ ਖਾਲੀ ਥਾਵਾਂ। ਨੰਬਰ ਇੱਕ 'ਤੇ ਹੈ ਆਪਣੇ ਕੋਲ ਵਾਯੂਮੰਡਲ ਦੀ 99% ਹਵਾ ਡੈਸ਼ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹੈ। ਹਾਂਜੀ, ਇਸ ਖਾਲੀ ਥਾਵਾਂ ਦੇ ਵਿੱਚ ਆਪਾਂ ਕੀ ਲਿਖਣਾ ਵੀ 32 ਕਿਲੋਮੀਟਰ, ਠੀਕ ਹੈ। ਵਾਯੂਮੰਡਲ ਦੀ 99% ਜਿਹੜੀ ਹਵਾ ਹੈਗੀ ਉਹ 32 ਕਿਲੋਮੀਟਰ ਦੇ ਘੇਰੇ ਤੱਕ ਹੈ। ਨੰਬਰ 2, ਵਾਤਾਵਰਣ ਨੂੰ ਡੈਸ਼ ਮੰਡਲਾਂ ਵਿੱਚ ਵੰਡਿਆ ਜਾ ਸਕਦਾ ਹੈ। ਕਿੰਨੇ ਮੰਡਲਾਂ 'ਚ ਵੰਡਿਆ ਜਾ ਸਕਦਾ ਵੀ? 4 ਮੰਡਲਾਂ ਦੇ ਵਿੱਚ, ਠੀਕ ਹੈ। ਨੰਬਰ 3, ਧਰਤੀ ਦੀ ਸਤਹਿ ਦਾ ਡੈਸ਼ ਪ੍ਰਤੀਸ਼ਤ ਭਾਗ ਪਾਣੀ ਨਹੀਂ ਘੇਰੇਗਾ। ਕਿੰਨੇ ਪ੍ਰਤੀਸ਼ਤ ਹੈ ਵੀ? 71%, 71%। ਨੰਬਰ 4, ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਡੈਸ਼ ਗੈਸ ਦੀ ਹੈ। ਹਾਂ ਵੀ, ਜਿਹੜਾ ਵਾਯੂਮੰਡਲ ਆ ਉਹਦੇ ਵਿੱਚ ਸਭ ਤੋਂ ਵੱਧ ਕਿਹੜੀ ਗੈਸ ਦੀ ਮਾਤਰਾ ਪਾਈ ਜਾਂਦੀ ਹੈ? ਉਸ ਗੈਸ ਦਾ ਨਾਮ ਹੈ ਨਾਈਟ੍ਰੋਜਨ, ਠੀਕ ਹੈ, ਨਾਈਟ੍ਰੋਜਨ, ਠੀਕ ਹੈ, ਨਾਈਟ੍ਰੋਜਨ ਗੈਸ ਦੀ ਸਭ ਤੋਂ ਵੱਧ ਮਾਤਰਾ ਪਾਈ ਜਾਂਦੀ ਹੈ। ਨੰਬਰ 5, ਧਰਤੀ ਹਵਾ ਦੇ ਡੈਸ਼ ਨਾਲ ਘਿਰੀ ਹੋਈ ਹੈ। ਹਾਂਜੀ, ਧਰਤੀ ਹਵਾ ਦੇ ਗਿਲਾਫ ਨਾਲ, ਧਰਤੀ ਹਵਾ ਦੇ ਗਿਲਾਫ ਨਾਲ ਘਿਰੀ ਹੋਈ ਹੈ। ਨੰਬਰ 6, ਧਰਤੀ 'ਤੇ ਡੈਸ਼ ਪ੍ਰਤੀਸ਼ਤ ਭਾਗ ਥਲ ਭਾਗ ਹੈ। ਹਾਂਜੀ, ਕਿੰਨਾ ਪ੍ਰਤੀਸ਼ਤ ਹੈ ਵੀ? 29%, ਜਲ ਭਾਗ 71% ਹੈ ਅਤੇ ਥਲ ਭਾਗ 29% ਹੈ। ਨੰਬਰ 7, ਧਰਤੀ ਦਾ ਧਰਤ ਭਾਗ ਕਈ ਪ੍ਰਕਾਰ ਦੀਆਂ ਡੈਸ਼ ਤੋਂ ਬਣਿਆ ਹੈ। ਹਾਂਜੀ, ਕਿਹਤੋਂ ਬਣਿਆ ਗਿਆ? ਕਈ ਪ੍ਰਕਾਰ ਦੀਆਂ ਚਟਾਨਾਂ ਤੋਂ, ਠੀਕ ਹੈ। ਇਹਦਾ ਸਕਰੀਨਸ਼ੋਟ ਲੈ ਲਓ ਬੇਟਾ, ਅਤੇ ਬਾਅਦ ਦੇ ਵਿੱਚ ਆਪਣੀ ਵਰਕਬੁੱਕ ਦੇ ਉੱਪਰ ਜਾਂ ਕਾਪੀ ਦੇ ਉੱਪਰ ਇਹਨੂੰ ਸਾਫ ਸਾਫ ਕਰਕੇ ਨੋਟ ਕਰਨਾ ਗਾ, ਠੀਕ ਹੈ ਜੀ। ਨੈਕਸਟ ਵੀ ਆਪਣੇ ਕੋਲ ਸਹੀ ਮਿਲਾਨ ਕਰੋ, ਠੀਕ ਹੈ। ਊੜੇ ਕੋਲਮ ਦਾ ਆਪਾਂ ਆੜੇ ਕੋਲਮ ਦੇ ਨਾਲ ਮਿਲਾਨ ਕਰਨਾ ਗਾ, ਬਿਲਕੁਲ ਠੀਕ। ਤਾਂ ਪਹਿਲਾਂ ਦੇਖੋ ਆਪਣੇ ਕੋਲ, ਪਹਿਲਾਂ ਹੈ ਸਿਲੀਕੋਨ ਅਤੇ ਮੈਗਨੀਸ਼ੀਅਮ, ਠੀਕ ਹੈ। ਇਹ ਕਿਹੜੀ ਸੀਮਾ 'ਚ ਪਾਏ ਜਾਂਦੇ, ਕਿਹੜੀ ਪਰਤ 'ਚ ਪਾਏ ਜਾਂਦੇ ਵੀ? ਸੀਮਾ ਪਰਤ ਦੇ ਵਿੱਚ, ਠੀਕ ਹੈ। ਸਿਲੀਕੋਨ ਅਤੇ ਮੈਗਨੀਸ਼ੀਅਮ ਤੋਂ ਮਿਲ ਕੇ ਕਿਹੜੀ ਪਰਤ ਬਣਦੀ ਹੈ? ਸੀਮਾ, ਠੀਕ ਹੈ। ਗਲੋਬਲ ਪਿੰਡ, ਠੀਕ ਹੈ, ਸਿਆਲ ਵੀ ਇਹ ਸਭ ਤੋਂ ਧਰਤੀ ਦੀ ਉੱਪਰਲੀ ਪਰਤ ਹੈਗੀ। ਹਵਾਈ ਗਿਲਾਫ, ਠੀਕ ਹੈ, ਕਿਤੇ ਸਥਿਤ ਹੈ? ਵਾਯੂਮੰਡਲ ਦੇ ਵਿੱਚ। ਜੀਵ ਮੰਡਲ ਤਿੰਨਾਂ ਮੰਡਲਾਂ ਦੇ ਸੁਮੇਲ ਦੇ ਨਾਲ ਬਣਦਾ ਗਾ। ਜੀਵ ਮੰਡਲ ਦੇ ਵਿੱਚ ਤਿੰਨ ਮੰਡਲ ਹੁੰਦੇ ਨੇ ਵੀ, ਮਤਲਬ ਤਿੰਨ ਮੰਡਲਾਂ ਦੇ ਸਮੂਹ ਤੋਂ ਜੀਵ ਮੰਡਲ ਬਣਦਾ ਗਾ। ਤਿੰਨ ਮੰਡਲ ਕਿਹੜੇ ਕਿਹੜੇ ਹੈਗੇ? ਜਲ ਮੰਡਲ, ਥਲ ਮੰਡਲ ਅਤੇ ਵਾਯੂਮੰਡਲ। ਇਹਨਾਂ ਤਿੰਨਾਂ ਦੇ ਸਮੂਹ ਤੋਂ ਹੀ ਜੀਵ ਮੰਡਲ ਦਾ ਨਿਰਮਾਣ ਹੁੰਦਾ ਗਾ, ਠੀਕ ਹੈ। ਤਾਂ ਇਹ ਆਪਣੇ ਮਿਲਾਨ ਸੀ। ਨੰਬਰ ਪਾ ਦੇਣਾ ਪਿੱਛੇ, ਮੈਂ ਤੁਸੀਂ ਧਿਆਨ ਦੇਣ ਇਹਨਾਂ ਨੂੰ ਆਪਣੀ ਵਰਕਬੁੱਕਸ ਦੇ ਉੱਪਰ ਨੋਟ ਕਰ ਲਿਓ, ਠੀਕ ਹੈ ਜੀ। ਇਸ ਤੋਂ ਬਾਅਦ ਹੈ ਆਪਣੇ ਕੋਲ ਸਹੀ ਗਲਤ, ਠੀਕ ਹੈ।
ਸਾਹਮਣੇ ਸਾਨੂੰ ਦਿੱਤੇ ਗਏ ਤੇ ਆਪਾਂ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉਣਾਗਾ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਵਾਤਾਵਰਣ ਵਿੱਚ ਪਾਣੀ, ਭੂਮੀ ਅਤੇ ਪੇੜ ਪੌਦੇ ਆਦਿ ਤੱਤ ਸ਼ਾਮਿਲ ਹੁੰਦੇ ਹਨ। ਹਾਂਜੀ ਇਹ ਕੀ ਹੈ ਵੀ ਸਹੀ ਹੈ। ਨੰਬਰ 2, ਵਾਤਾਵਰਣ ਦੇ ਜਲ ਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ, ਸਹੀ ਹੈ ਵੀ ਨਹੀਂ। ਨੰਬਰ 3, ਅਪਰਦਨ ਇੱਕ ਧੀਮੀ ਗਤੀ ਨਾਲ ਹੋਣ ਵਾਲੀ ਕਿਰਿਆ ਹੈ, ਹਾਂਜੀ ਇਹ ਸਹੀ ਹੈ। ਨੰਬਰ 4, ਕਿਸੇ ਥਾਂ ਦੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਉਸਦੀ ਪ੍ਰਸਥਿਤੀ ਕਿਹਾ ਜਾਂਦਾ ਹੈਗਾ, ਇਕੋਲੋਜੀ, ਹਾਂਜੀ ਇਹ ਵੀ ਸਹੀ ਹੈ। ਨੰਬਰ 5, ਧਰਤੀ 'ਤੇ 71% ਜ਼ਮੀਨ ਅਤੇ 29% ਭਾਗ ਪਾਣੀ ਹੈ, ਸਹੀ ਹੈ ਵੀ ਇਹ। ਧਰਤੀ 'ਤੇ 71% ਭਾਗ ਜ਼ਮੀਨ ਹੈ ਅਤੇ 29% ਭਾਗ ਪਾਣੀ ਹੈ, ਸਹੀ ਹੈ ਨਹੀਂ, ਕੀ ਹੈ ਗਲਤ ਹੈ। ਕਿਉਂ? ਕਿਉਂਕਿ ਇਹਨਾਂ ਨੇ ਇਹ ਉਲਟ ਲਿਖ ਰੱਖਿਆ ਹੈਗਾ। 29% ਭਾਗ ਤਾਂ ਸਾਡੇ ਕੋਲ ਜ਼ਮੀਨੀ ਹੈ ਅਤੇ 71% ਭਾਗ ਸਾਡੇ ਕੋਲ ਪਾਣੀ ਹੈ। ਨੰਬਰ 6, ਧਰਤੀ 'ਤੇ ਪਾਣੀ ਨਾਲ ਢਕੇ ਭਾਗ ਨੂੰ ਜਲ ਮੰਡਲ ਕਹਿੰਦੇ ਆ, ਹਾਂਜੀ ਇਹ ਸਹੀ ਹੈ। ਠੀਕ ਹੈ, ਸਕਰੀਨਸ਼ੋਟ ਲੈ ਲਿਓ ਬੇਟਾ, ਨਾ ਬਾਅਦ ਦੇ ਵਿੱਚ ਨੋਟ ਕਰ ਲਿਓ। ਹਾਂਜੀ ਨੈਕਸਟ ਹੈ ਵੀ ਆਪਣੇ ਕੋਲ ਸਹੀ ਵਿਕਲਪ ਚੁਣੋ। ਚਾਰ ਆਪਸ਼ਨ ਸਾਨੂੰ ਦਿੱਤੀਆਂ ਕਿ ਆਪਾਂ ਇੱਕ ਇੱਕ ਜਿਹੜੀ ਸਹੀ ਆਪਸ਼ਨ ਉਹਨਾਂ ਨੂੰ ਟਿਕ ਕਰਨਾ ਹੈਗਾ। ਤਾਂ ਨੰਬਰ 1 ਪ੍ਰਸ਼ਨ ਆਪਣੇ ਕੋਲ, ਮੰਨ ਲਵੋ ਤੁਸੀਂ ਸਮੁੰਦਰ ਦੇ ਨਜ਼ਦੀਕ ਰਹਿੰਦੇ ਹੋ, ਤੁਹਾਡੇ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰੋਬਾਰ ਕਰਨਾ ਫਾਇਦੇਮੰਦ ਰਹੇਗਾ? ਠੀਕ ਹੈ, ਮਤਲਬ ਅਸੀਂ ਸਮੁੰਦਰ ਦੇ ਨੇੜੇ ਰਹਿੰਦੇ ਹਾਂਗੇ ਤਾਂ ਸਾਨੂੰ ਉੱਥੇ ਸਭ ਤੋਂ ਵਧੀਆ ਕੰਮ ਕਿਹੜਾ ਰਹੇਗਾ? ਵੀ ਮੱਛੀਆਂ ਫੜਨਾ। ਕਿਉਂ? ਕਿਉਂਕਿ ਅਸੀਂ ਸਮੁੰਦਰੀ ਪਾਣੀ ਦੇ ਵਿੱਚ ਉੱਥੋਂ ਮੱਛੀਆਂ ਪ੍ਰਾਪਤ ਕਰ ਸਕਦੇ ਹਾਂਗੇ। ਹਾਂਜੀ ਪ੍ਰਸ਼ਨ ਨੰਬਰ 2 ਹੈ ਆਪਣੇ ਕੋਲ, ਭਰਮੀ ਗਰਮੀ ਦਾ ਦਿਨ ਸੀ, ਮਤਲਬ ਜ਼ਿਆਦਾ ਗਰਮੀ ਦਾ ਦਿਨ ਸੀ, ਸਕੂਲ ਵਿੱਚ ਛੁੱਟੀਆਂ ਚੱਲ ਰਹੀਆਂ ਸੀ, ਕਿਹੜੇ ਮਹੀਨੇ ਛੁੱਟੀ ਹੁੰਦੀ ਨਹੀਂ ਵੀ ਜੂਨ ਦੇ ਮਹੀਨੇ, ਪਰ ਫਿਰ ਵੀ ਵਿਦਿਆਰਥੀ ਬਹੁਤ ਉਤਸ਼ਾਹ ਨਾਲ ਸਕੂਲ ਪਹੁੰਚੇ। ਉਹਨਾਂ ਨੇ ਅਧਿਆਪਕਾਂ ਨਾਲ ਮਿਲ ਕੇ ਪਿੰਡ ਵਿੱਚ ਰੈਲੀ ਕੱਢੀ ਅਤੇ ਆਪਣੇ ਆਲੇ ਦੁਆਲੇ ਦੀ ਸਾਂਭ ਸੰਭਾਲ ਬਾਰੇ ਵੱਖ ਵੱਖ ਪ੍ਰੋਗਰਾਮ ਕੀਤੇ। ਇਸ ਜਾਣਕਾਰੀ ਦੇ ਆਧਾਰ 'ਤੇ ਦੱਸੋ ਸਕੂਲ ਵਿੱਚ ਕਿਹੜਾ ਦਿਵਸ ਮਨਾਇਆ ਗਿਆ? ਦੇਖੋ ਵੀ ਜੂਨ ਦੇ ਮਹੀਨੇ ਵਿੱਚ ਕਿਹੜਾ ਦਿਵਸ ਹੁੰਦਾ ਗਾ? ਵਾਤਾਵਰਨ ਦਿਵਸ। ਠੀਕ ਹੈ, ਇਹ ਮਨਾਇਆ ਜਾਂਦਾ ਪੁੱਤ 5 ਜੂਨ ਨੂੰ। ਠੀਕ ਹੈ, ਨੋਟ ਕਰ ਲਿਓ, 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਗਾ। ਪ੍ਰਸ਼ਨ ਨੰਬਰ 3, ਇਸ ਪ੍ਰਾਣੀ ਨੇ ਵਾਤਾਵਰਣ ਵਿੱਚ ਸਭ ਤੋਂ ਵੱਧ ਤਬਦੀਲੀ ਲਿਆਂਦੀ ਹੈ, ਇਸ ਦੇ ਯਤਨਾਂ ਸਦਕਾ ਹੀ ਪੂਰਾ ਪਿੰਡ ਇੱਕ ਗਲੋਬਲ ਪਿੰਡ ਬਣ ਗਿਆ। ਇਹ ਪ੍ਰਾਣੀ ਕੌਣ ਹੈ ਵੀ ਦੇਖੋ ਉਹਨਾਂ ਦੇ ਵਿੱਚੋਂ? ਹਾਂਜੀ ਮਨੁੱਖ। ਮਨੁੱਖ ਦੇ ਯਤਨਾਂ ਸਦਕਾ ਜਿਹੜਾ ਪੂਰਾ ਸੰਸਾਰ ਹੈ ਉਹ ਇੱਕ ਗਲੋਬਲ ਪਿੰਡ ਬਣ ਗਿਆ ਹੈਗਾ। ਕੋਈ ਵਿਅਕਤੀ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਹਵਾਈ ਜਹਾਜ਼ਾਂ ਦੀ ਮਦਦ ਦੇ ਨਾਲ ਆ ਜਾ ਸਕਦਾ। ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਮੋਬਾਈਲ ਫੋਨਾਂ ਦੀ ਮਦਦ ਦੇ ਨਾਲ ਗੱਲਬਾਤ ਕਰ ਸਕਦੇ ਹਾਂਗੇ। ਮਤਲਬ ਮਨੁੱਖ ਦੇ ਕਾਰਨ ਵਾਤਾਵਰਨ ਦੇ ਵਿੱਚ ਬਹੁਤ ਤਬਦੀਲੀ ਆਈ ਹੈ। ਨੰਬਰ 4, ਹੇਠਾਂ ਦਿੱਤੇ ਚਿੱਤਰਾਂ ਦੇ ਆਧਾਰ 'ਤੇ ਦੱਸੋ ਕਿ ਇਹ ਘਟਨਾਵਾਂ ਵਾਯੂਮੰਡਲ ਦੇ ਕਿਸ ਭਾਗ ਵਿੱਚ ਵਾਪਰਦੀਆਂ ਹਨ। ਹਾਂਜੀ ਦੇਖੋ, ਬੱਦਲ ਹੋ ਗਏ, ਠੀਕ ਹੈ, ਬਿਜਲੀ ਦੀ ਗਰਜ ਹੋ ਗਈ, ਤਾਂ ਇਹ ਕਿਹੜੇ ਭਾਗ ਦੇ ਵਿੱਚ ਵਾਪਰਦੀਆਂ ਨੇ? ਵੀ ਇਹ ਵਾਪਰਦੀਆਂ ਨੇ ਅਸ਼ਾਂਤੀ ਮੰਡਲ ਦੇ ਵਿੱਚ। ਅਸ਼ਾਂਤ ਮੰਡਲ ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਨੇ। ਪ੍ਰਸ਼ਨ ਨੰਬਰ 5 ਹੈ ਆਪਣੇ ਕੋਲ, ਚਿੱਤਰ ਦੇਖ ਕੇ ਦੱਸੋ ਕਿ ਸਭ ਤੋਂ ਵੱਧ ਨਿੱਕਲ ਧਰਤੀ ਦੀ ਕਿਸ ਪਰਤ ਵਿੱਚ ਪਾਇਆ ਜਾਂਦਾ ਹੈ? ਹਾਂਜੀ ਕਿਹੜੀ ਪਰਤ ਹੁੰਦੀ ਹੈ ਵੀ? ਉਸ ਪਰਤ ਦਾ ਨਾਮ ਹੈਗਾ ਨਾਈਫ। ਠੀਕ ਹੈ, ਨਾਈਫ, ਜਿਹਦੇ ਵਿੱਚ Ni ਨਿੱਕਲ, ਠੀਕ ਹੈ, ਅਤੇ ਇੱਕ ਕੀ ਹੁੰਦਾ ਹੈਗਾ ਫੈਰਸ, ਲੋਹਾ, ਨਿੱਕਲ ਅਤੇ ਲੋਹਾ। ਠੀਕ ਹੈ, ਕਿਹੜੀ ਪਰਤ ਹੈਗੀ? ਨਾਈਫ ਪਰਤ ਹੈਗੀ। ਪ੍ਰਸ਼ਨ ਨੰਬਰ 6, ਬੱਚਿਓ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਾਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਅਪਣਾਉਣਾ ਪਏਗਾ? ਠੀਕ ਹੈ, ਰੁੱਖ ਲਗਾਉਣੇ ਪੈਣਗੇ ਜਾਂ ਰੁੱਖ ਕੱਟਣੇ ਪੈਣਗੇ, ਕਾਰਖਾਨੇ ਲਗਾਉਣੇ ਪੈਣਗੇ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਵਾਤਾਵਰਣ ਨੂੰ ਸਾਫ਼ ਰੱਖਣ ਲਈ ਕੀ ਕਰਨਾ ਪਏਗਾ? ਵੀ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ। ਠੀਕ ਹੈ, ਤਾਂ ਊਡ ਆਪਸ਼ਨ ਇਹਦੇ ਲਈ ਸਹੀ ਹੈ। ਪ੍ਰਸ਼ਨ ਨੰਬਰ 7, ਰੁੱਖਾਂ ਨੂੰ ਅਸੀਂ ਕਿਹੜੀਆਂ ਥਾਵਾਂ ਉੱਤੇ ਲਗਾ ਸਕਦੇ ਹਾਂ? ਸੜਕ ਦੇ ਕਿਨਾਰਿਆਂ ਉੱਤੇ ਲਗਾ ਸਕਦੇ ਹਾਂ, ਪਿੰਡ ਦੀ ਖਾਲੀ ਸ਼ਾਮਲਾਟ ਜ਼ਮੀਨ 'ਤੇ ਲਗਾ ਸਕਦੇ ਹਾਂ, ਪਾਰਕਾਂ ਵਿੱਚ ਵੀ ਲਗਾ ਸਕਦੇ ਹਾਂ, ਅਤੇ ਇਹਦੇ ਲਈ ਸੱਸਾ ਆਪਸ਼ਨ ਸਹੀ ਹੈ ਪੁੱਤ, ਉਪਰੋਕਤ ਸਾਰੇ। ਉਪਰੋਕਤ ਸਾਰੀਆਂ ਜਗ੍ਹਾ 'ਤੇ ਅਸੀਂ ਰੁੱਖ ਲਗਾ ਸਕਦੇ ਹਾਂ। ਪ੍ਰਸ਼ਨ ਨੰਬਰ 8, ਕਿਸੇ ਥਾਂ ਦੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਕੀ ਆਖਦੇ ਹੈਗੇ? ਹਾਂਜੀ, ਕਿਸੇ ਥਾਂ ਦੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਕੀ ਆਖਦੇ ਹੈਗੇ? ਪ੍ਰਸਥਿਤੀ।
परिस्थिति जां इकोलॉजी। प्रश्न नंबर 9, तस्वीर वेख के दसो इस विच की विखाया गया है। हाँ जी, देखो तस्वीर दी है आपां नूं, इहदे विच दसो कहिंदा की विखाया गया है। हाँ जी, इहदे विच जिहड़े तिन्ने मंडल ने उहनां नूं जोड़ के जिहड़ा मंडल बनता गा उह दिखाया गया जीव मंडल। ठीक है, आ थल मंडल आ गया, जल मंडल आ गया, वायुमंडल आ गया। ठीक है, इन्हां तिन्नां दे मेल तों जिहड़ा मंडल बनता गा वो दिखाया गया है जीव मंडल। ठीक है जी, आओ अगे हेठ लिखे माइंड मैप नूं पूरा करना अपने। ठीक है, थोड़े थोड़े सानू हिंट दिते है मनुख ने वातावरण को किवें प्रभावित किया। ठीक है, इस दे नाल मिलते जुलते पॉइंट है। सब तो पहला डैश नूं साफ करके, किनू साफ करता भी मनुख ने, जंगलों। ठीक है, जंगलों साफ करके मतलब मनुख ने जंगलों साफ करके वातावरण को प्रभावित किया। पहाड़ों विच की बना के भी, सड़क बना के। ठीक है, डैश विकास करके, केड़ा विकास करके, उद्योगिक। नंबर 4, डैश पदार्थों का उत्पादन, केड़े पदार्थों का, खनिज पदार्थों का। ठीक है, खनिज पदार्थों का उत्पादन करके, मतलब ये कारण है जिन्हां करके मनुख ने वातावरण को प्रभावित किया है। ठीक है बेटा, तो ये अपना पाठ नंबर 1 से जिहड़ा तुहाडा वर्कबुक का पहला पाठ सी, ध्यान नाल दोबारा फिर चाहे वीडियो में वेख लियो, पर अपनी वर्कबुक ते कापी दे उपर इहनू साफ साफ लिखना पता। ठीक है, क्योंकि ये जिहड़ा पाठ हैगा तुहाडे जुलाई टैसट दे विच वी तुहाडे काम आएगा, ते जदों तुहाडे पक्के पेपर होणगे, फाइनल एग्जाम होणगे, उहनां दे विच वी तुहाडे काम आएगा। ठीक है, जल्दी आप जो अगले पाठ है जुलाई अप्रैल ते मई सिलेबस के जोड़े पाठ नंबर जोड़े भूगोल दे के नागरिक शस्त्र दे गए उन्होंने वीडियोज़ तो लेके आवेंगे, तुसी वो भी पाठ अपने नाल वर्कबुक के उत्ते पूरे कर लियो। ठीक है बेटा, ओके जी, धन्यवाद।